ਅਮਰੀਕਾ ਦੇ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇੱਕ ਦਿਨ ਪਹਿਲਾਂ ਹੀ ਬੀਜੇਪੀ ਜੁਆਇਨ ਕੀਤੀ ਸੀ ਤੇ ਹੁਣ ਉਹਨਾਂ ਨੂੰ ਜਨੋ ਖਤਮ ਕਰਨ ਦੀ ਧਮਕੀ ਮਿਲੀ ਹੈ 6 ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਸੁਨੇਹੇ ਜ਼ਰੀਏ ਸੰਧੂ ਨੂੰ ਹਰਦੀਪ ਸਿੰਘ ਨਿੱਜਰ ਦੇ ਖਾਤਮੇ ਦਾ ਕਾਰਨ ਦੱਸਿਆ। ਪੰਨੂ ਨੇ ਕਿਹਾ ਕਿ ਸੰਧੂ ਨਿੱਜਰ ਨੂੰ ਖਤਮ ਕਰਵਾਉਣ ਦੇ ਵਿੱਚ ਸ਼ਾਮਲ ਸੀ। ਕੈਨੇਡਾ ਦੇ ਵਿੱਚ ਤਰਨਜੀਤ ਸੰਧੂ ਨਾਲ ਮਿਲ ਕੇ ਹੀ ਵਰਮਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵੀਡੀਓ ਪੁਲਿਸ ਦੇ ਕੋਲ ਵੀ ਪਹੁੰਚ ਗਿਆ। ਇਸ ਦੇ ਆਧਾਰ ਤੇ ਉਸ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ। ਪੰਨੂ ਨੇ ਇਹ ਵੀਡੀਓ 20 ਤਰੀਕ ਤੜਕੇ ਹੀ ਜਾਰੀ ਕੀਤਾ ਤੇ ਕਿਸੇ ਅਨਨੋਨ YouTube ਚੈਨਲ ਦੇ ذریعے ਇਸ ਨੂੰ ਅਪਲੋਡ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਹੈ ਤੇ ਚੋਣ ਕਮਿਸ਼ਨ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ। ਪੂਰੇ ਪੰਜਾਬ ਦੇ ਵਿੱਚ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ। ਲੁਧਿਆਣਾ ਦਿਹਾਤੀ ਉਹਦੇ ਵਿੱਚ ਨਾਕਾਬੰਦੀ ਦੌਰਾਨ ਕਾਰ 'ਤੇ ਸਵਾਰ ਦੋ ਵਿਅਕਤੀ ਪੁਲਿਸ ਦੀ ਨਾਕਾਬੰਦੀ ਨੂੰ ਦੇਖ ਕੇ ਕਾਰ ਛੱਡ ਕੇ ਜਦੋਂ ਮੌਕੇ ਤੋਂ ਫਰਾਰ ਹੋ ਗਏ ਤਾਂ ਕਾਰ ਦੇ ਵਿੱਚੋਂ ਪੈਸਿਆਂ ਦਾ ਢੇਰ ਨਿਕਲਿਆ ਗੱਡੀ ਚੋਂ 40 ਲੱਖ 25000 ਰੁਪਏ ਬਰਾਮਦ ਹੋਏ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਰਡਰਾਂ ਤੇ ਕਿਸਾਨ ਮੋਰਚਿਆਂ ਦੀ ਵਾਗਡੋਰ ਹੁਣ ਬੀਬੀਆਂ ਸੰਭਣ ਗਈਆਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਲੱਗੇ ਕਿਸਾਨ ਮੋਰਚਿਆਂ ਨੂੰ ਲੀਡ ਕਰਨ ਵਾਲੇ ਕਿਸਾਨ ਲੀਡਰਾਂ ਨੇ ਨਵੀਂ ਰਣਨੀਤੀ ਦਾ ਐਲਾਨ ਕੀਤਾ ਹੈ ਕਿ ਬੀਬੀਆਂ ਹੁਣ ਮੋਰਚੇ ਸਾਂਭਣ ਗਿਆ ਤੇ ਕਿਸਾਨ ਖੇਤਾਂ ਵਿੱਚ ਕਣਕ ਦੀ ਵਾਢੀ ਲਈ ਜਾਣਗੇ ਕਿਉਂਕਿ ਕਣਕਾਂ ਤਕਰੀਬਨ ਤਕਰੀਬਨ ਪੱਕੀਆਂ ਪਈਆਂ ਨੇ ਮੈਲਾ ਕਿਸਾਨਾਂ ਦਾ ਇੱਕ ਜਥਾ ਸ਼ੰਭੂ ਬਾਰਡਰ ਤੇ ਜਾਣ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਤੁਰਿਆ ਜਿਨ੍ਹਾਂ ਨੂੰ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਲੀਡ ਕੀਤਾ ਧਰਨੇ ਵਿੱਚ ਸ਼ਾਮਲ ਹੋਈਆਂ ਬੀਬੀਆਂ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਹ ਸਿਰਫ ਨਾਮ ਦੇ ਲਈ ਸਾਥ ਦੇ ਰਹੇ ਨੇ ਜੇ ਪੂਰੀ ਤਰ੍ਹਾਂ ਨਾਲ ਖੜੇ ਹੁੰਦੇ ਤਾਂ ਬਾਰਡਰਾਂ ਤੇ ਨੈੱਟ ਨਾ ਬੰਦ ਹੁੰਦਾ ਪੰਦੇਰ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਜੰਡੇਆਲਾ ਗੁਰੂ ਰੇਲਵੇ ਸਟੇਸ਼ਨ ਤੋਂ 1000 ਕਿਸਾਨ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਏ ਨੇ ਵੱਧ ਗਿਣਤੀ ਹੈ ਜਿਹੜੀ ਬੀਬੀਆਂ ਦੀ ਹੈ ਸੂਬਾ ਪੱਧਰ ਤੇ ਬਣੀ ਬਿਯੌਂਤ ਬੰਦੀ ਦੇ ਮੁਤਾਬਿਕ ਅਗਲੇ ਜਥੇ 30 ਮਾਰਚ ਨੂੰ ਰਵਾਨਾ ਹੋਣਗੇ ਸਰਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਲੀਡਰ ਸ਼ੁਭਕਰਨ ਸਿੰਘ ਦੀ ਸ਼ਹੀਦੀ ਕਲਸ਼ ਯਾਤਰਾ ਨੂੰ ਹਰਿਆਣਾ ਦੇ ਵਿੱਚ 5 ਦਿਨ ਹੋਗੇ ਨੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ 22 ਮਾਰਚ ਨੂੰ ਸਿਰਸਾ ਦੇ ਵਿੱਚ ਵੱਡੀ ਰੈਲੀ ਹੋਵੇਗੀ ਜਿਸ ਨੂੰ ਸ਼ਹੀਦੀ ਸਮਾਗਮ ਦਾ ਨਾਮ ਦਿੱਤਾ ਗਿਆ ਹੈ 31 ਮਾਰਚ ਨੂੰ ਇਸੇ ਤਰ੍ਹਾਂ ਅੰਬਾਲਾ ਦੇ ਵਿੱਚ ਸ਼ਹੀਦੀ ਸਮਾਗਮ ਹੋਵੇਗਾ ਰਾਜਸਥਾਨ ਦੇ ਸੀਕਰ ਦੇ ਵਿੱਚ ਮਹਾਪੰਚਾਇਤ ਹੋਵੇਗੀ 23 ਮਾਰਚ ਨੂੰ ਸ਼ੀਦ ਪਗੜਾ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨਾਂ ਨੂੰ ਬੀਬੀਆਂ ਬੱਚਿਆਂ ਨੌਜਵਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਬਾ ਚੱਲਣਾ ਵਾ ਇਹਦੇ ਵਾਸਤੇ 10 ਨੂੰ 20 ਨੂੰ 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਿਆਸ ਤੋਂ ਰਵਾਨਾ ਹੋਣ ਕੇ ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਵਾਂ ਤੋਂ ਤੇ ਹੋਰ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਬਾਹ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਕੱਲਾ ਗਰਦਾਸਪੁਰ ਤੋਂ ਅੱਡ ਫਿਰੋਜ਼ਪੁਰ ਤੋਂ ਅੱਡ ਕਪੂਰਥਲੇ ਤੋਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਮੋਗੇ ਤੋਂ ਇਹ ਤੋਂ ਗਾਂ ਜਲਾਲਾਬਾਦ ਤੋਂ ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਨੇ ਇਸ ਤਰ੍ਹਾਂ ਕੇਐਮਐਮ ਦੇ ਐਸਕੇਐਮ ਰਾਜਨੀਤਿਕ ਦੇ ਇਹ ਅੱਡ-ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਰਮਾਂ ਵਿੱਚ ਹੈਗੀਆਂ ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰ ਵਾਲ ਜਾਣਗੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਡਰ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਰੇ ਸਾਥੀ ਸਿੰਘ 1 ਸਾਲ ਹੋਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਕਿਉਂਕਿ ਪੰਜਾਬ ਸਰਕਾਰ ਨੇ ਸਾਰਿਆਂ ਦੇ ਖਿਲਾਫ ਨਵੇਂ ਸਿਰੇ ਤੋਂ ਐਨਐਸਏ ਲਾ ਦਿੱਤਾ ਯਾਨੀ ਕਿ 1 ਸਾਲ ਦੇ ਲਈ ਹੋਰ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦੀ ਵਧਾ ਦਿੱਤੀ ਹੈ ਜਨਾਲਾ ਥਾਣਾ ਇਸ ਜਮਾਮਲੇ ਦੇ ਵਿੱਚ ਲੰਘੇ ਸਾਲ 18 ਮਾਰਚ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਕੀਤੀ ਗਈ ਸੀ ਦੋ ਦਿਨ ਪਹਿਲਾਂ ਹੀ ਐਨਐਸਏ ਦੀ ਮਿਆਦ ਖਤਮ ਹੋ ਗਈ ਸੀ ਜਿਸ ਨੂੰ ਇੱਕ ਹੋਰ ਸਾਲ ਦੇ ਲਈ ਵਧਾ ਦਿੱਤਾ ਗਿਆ ਹੈ ਇਹ ਜਾਣਕਾਰੀ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਖਬਰ ਦੁਨੀਆ ਭਰ ਦੀਆਂ ਮਾਵਾਂ ਨੂੰ ਅਲਰਟ ਕਰਨ ਵਾਲੀ ਹੈ ਵਿਸ਼ਵ ਸਿਹਤ ਸੰਸਥਾ ਜਾਨਕਿ WHO ਨੇ ਦੁਨੀਆ ਦੇ ਸਾਰੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁੱਧ ਦੇ ਪਾਊਡਰ ਵਾਲੇ ਡੱਬਿਆਂ ਦੇ ਵਿੱਚ ਮਿਲਕ ਪਾਊਡਰ ਬਿਨਾ ਮਲਾਈ ਵਾਲਾ ਹੁੰਦਾ ਜੋ ਬੱਚਿਆਂ ਨੂੰ ਉਨਾ ਪੋਸ਼ਣ ਨਹੀਂ ਦਿੰਦਾ ਜਿੰਨਾ ਬੱਚੇ ਦੇ ਸਰੀਰ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ ਕਈ ਕੰਪਨੀਆਂ ਦੇ ਦੁੱਧ ਦੇ ਪਾਊਡਰ ਵਿੱਚ ਬਨਸਪਤੀ ਤੇਲ ਤੇ ਨੀ ਮਿਲਾਈ ਜਾਂਦੀ ਹੈ ਜੋ ਬੱਚੇ ਲਈ ਬੇਹੱਦ ਖਤਰਨਾਕ ਹੈ ਮਿਲਕ ਪਾਊਡਰ ਦੇ ਵਿੱਚ ਯਾਨੀ ਕਿ ਸੁੱਕੇ ਦੁੱਧ ਦੇ ਵਿੱਚ ਕਈ ਤਰ੍ਹਾਂ ਦੇ ਖਣਿਜ ਵੱਖਰੇ ਤੌਰ ਤੇ ਮਿਲਾਏ ਜਾਂਦੇ ਨੇ ਜਿਨ੍ਹਾਂ ਦੀ ਨਵੇਂ ਜਨਮੇ ਬੱਚੇ ਨੂੰ ਲੋੜ ਹੀ ਨਹੀਂ ਹੁੰਦੀ ਇਸ ਲਈ ਬੱਚੇ ਦੇ ਲਈ ਇਹ ਦੁੱਧ ਹਾਜ਼ਮ ਕਰਨਾ ਸੌਖਾ ਨਹੀਂ ਹੁੰਦਾ डब्ल्यूएचए ਨੇ ਕਿਹਾ ਕਿ ਅਫਵਾਹ ਫੈਲਾਈ ਜਾਂਦੀ ਹੈ ਕਿ ਸਿਰਫ ਮਾਂ ਦਾ ਦੁੱਧ ਪਿਓਣ ਨਾਲ ਬੱਚੇ ਦਾ ਪੇਟ ਨਹੀਂ ਭਰਦਾ ਇਸ ਲਈ ਬੱਚੇ ਨੂੰ ਦੁੱਧ ਦਾ ਪਾਊਡਰ ਦੇਣਾ ਜ਼ਰੂਰੀ ਹੈ ਇਹ ਬਿਲਕੁਲ ਕਹਿੰਦੇ ਅਫਵਾਹ ਹੈ ਮਾਵਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਸਚਾਈ ਇਹ ਹੈ ਕਿ ਦੁੱਧ ਚੰਗਾਉਣ ਚੰਗਾਉਣਾ ਹੀ ਬੱਚੇ ਦੀ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ ਇਹ ਇੱਕ ਵੈਕਸੀਨ ਦੀ ਤਰ੍ਹਾਂ ਕੰਮ ਕਰਦਾ ਹੈ ਜੇ ਮਾਂ ਬੱਚੇ ਨੂੰ ਦੁੱਧ ਪਿਆਏ ਤਾਂ ਉਸ ਨੂੰ ਭਵਿੱਖ ਵਿੱਚ 슈ਗਰ, ਮੋਟਾਪਾ ਤੇ ਕੈਂਸਰ ਦਾ ਖਤਰਾ ਬਹੁਤ ਘੱਟ ਹੁੰਦਾ ਹੈ ਆਮ ਤੌਰ ਤੇ ਵੀ ਸਿਸਾਰੀ ਜਾਣਦੇ ਆ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਕੋਈ ਸੁੱਕਾ ਦੁੱਧ ਨਹੀਂ ਹੁੰਦਾ ਸੀ ਜੇ ਹੁੰਦਾ ਵੀ ਸੀ ਤਾਂ ਬੱਚਿਆਂ ਨੂੰ ਜਿਹੜਾ ਹੈਗਾ ਬੋਤਲ ਰਾਹੀਂ ਦੁੱਧ ਬਹੁਤ ਹੀ ਘੱਟ ਪਿਆਇਆ ਜਾਂਦਾ ਸੀ ਅਗਲੀ ਖਬਰ ਵੀ ਆਪਣੇ ਸਾਰਿਆਂ ਦੀ ਸੇਪ ਨਾਲ ਜੁੜੀ ਹੋਈ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਹੈ ਜੋ ਮੋਟਾਪਾ ਘਟਾਉਣ ਦੇ ਲਈ ਇੰਟਰਮੀਟੈਂਟ ਫਾਸਟਿੰਗ ਕਰਦੇ ਨੇ ਇਸ ਵਿੱਚ ਖਾਣੇ ਦੇ ਵਿੱਚ 14 ਘੰਟਿਆਂ ਦਾ ਅੰਤਰ ਹੋਣਾ ਚਾਹੀਦਾ ਯਾਨੀ ਕਿ 14-14 ਘੰਟੇ ਕੁਝ ਨਹੀਂ ਖਾਂਦੇ ਸ਼ਿਕਾਗੋ ਦੇ ਵਿੱਚ ਹੋਈ ਇੱਕ ਖੋਜ ਨੇ ਇਸ ਫਾਸਟਿੰਗ ਤੇ ਸਵਾਲ ਚੁੱਕੇ ਨੇ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਭੋਜਨ ਦੇ ਸਮੇਂ ਨੂੰ ਪ੍ਰਤੀ ਦਿਨ 8 ਘੰਟੇ ਤੱਕ ਸੀਮਿਤ ਕਰਨ ਨਾਲ ਦਿਲ ਦੀ ਬਿਮਾਰੀ ਨਾਲ ਸੰਬੰਧਿਤ ਮੌਤ ਦੇ 91% ਵੱਧ ਜੋਖਮ ਦੇ ਨਾਲ ਜੁੜਿਆ ਹੋਇਆ ਪਾਇਆ ਗਿਆ ਭਾਰ ਘਟਾਉਣ ਦੇ ਲਈ ਦਵਾਈਆਂ ਇੱਕ ਨਵੀਂ ਲਾਈਨ ਨੇ ਭਾਰ ਘਟਾਉਣ ਲਈ ਜੀਵਨ ਸ਼ੈਲੀ ਦੇ ਇਲਾਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦੇਨ ਦੇ ਨਤੀਜਿਆਂ ਤੇ ਬਹੁਤ ਸਾਰੇ ਡਾਕਟਰਾਂ ਨੇ ਸਵਾਲ ਚੁੱਕੇ ਨੇ ਜਿਨ੍ਹਾਂ ਨੇ ਕਿਹਾ ਕਿ ਵਰਤ ਰੱਖਣ ਵਾਲੇ ਮਰੀਜ਼ਾਂ ਤੇ ਤੁਲਨਾ ਕਰਨ ਵਾਲੇ ਗਰੁੱਪ ਦੇ ਵਿਚਾਲੇ ਅੰਤਰ ਹੈ ਜਿਨ੍ਹਾਂ ਦੇ ਮੈਂਬਰ ਰੋਜ਼ਾਨਾ 12 ਤੋਂ 16 ਘੰਟੇ ਦੇ ਵੱਡੇ ਫਰਕ ਤੋਂ ਬਾਅਦ ਭੋਜਨ ਖਾਂਦੇ ਨੇ ਉਹਨਾਂ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਤੇ ਹੋਰ ਕਈ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਦੂਜਿਆਂ ਦੇ ਮੁਕਾਬਲੇ ਸੁਮਟਾਪਾ ਘਟਾਉਣ ਦੇ ਲਈ ਖਾਣ-ਪੀਣ ਦੇ ਵਿੱਚ ਜਿਹੜਾ ਤੁਸੀਂ ਵਰਤ ਰੱਖਦੇ ਹੋ 12-12 ਘੰਟਿਆਂ ਦਾ ਜਾਂ 8-8 ਘੰਟਿਆਂ ਦਾ ਉਹ ਤੁਹਾਡੇ ਦਿਲ ਦੇ ਉੱਤੇ ਵੱਡਾ ਅਸਰ ਕਰ ਸਕਦਾ ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਏਜੰਸੀ ਦੁਆਰਾ ਜਾਰੀ ਕੀਤੇ ਗੇ ਸਮਰਾਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਈਡੀ ਤੋਂ ਜਵਾਬ ਮੰਗਿਆ ਹੈ। ਇਸ ਸੰਬੰਧੀ ਈਡੀ ਨੇ ਕਿਹਾ ਕਿ ਅਸੀਂ ਜਵਾਬ ਦੇਵਾਂਗੇ ਰੱਖ ਰਖਾ ਦੇ ਆਧਾਰ ਤੇ ਇਸ ਦਾ ਵਿਰੋਧ ਕਰਾਂਗੇ। ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲਾਂ ਨੇ ਬਰਕਰਾਰਤਾ ਦੇ ਆਧਾਰ ਤੇ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਈਡੀ ਦੀਆਂ ਅਰਜ਼ੀਆਂ ਤੇ ਇਤਰਾਜ਼ ਜਤਾਇਆ। ਸੁਣਵਾਈ 22 April ਨੂੰ ਪਾ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਇੱਕ ਹੋਰ ਵੱਡੇ ਲੀਡਰ ਵੀ ਈਡੀ ਦੇ ਘੇਰੇ ਵਿੱਚ ਹਨ। ਈਡੀ ਨੇ 40 ਕਰੋੜ 92 ਲੱਖ ਰੁਪਏ ਦੇ ਬੈਂਕ ਧੋਖਾਧੜੀ ਕੇਸ ਵਿੱਚ ਜੇਲ੍ਹ ਚ ਛੇ ਹੋਰਾਂ ਦੇ ਵਿਰੁੱਧ ਚਾਰਸ਼ੀਰ ਦਾਖਲ ਕਰ ਦਿੱਤੀ ਹੈ ਏਜੰਸੀ ਦੇ ਜਲੰਧਰ ਜ਼ੋਨਲ ਦਫਤਰ ਨੇ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਸਿੰਘ ਸਮੇਤ 6 ਵਿਅਕਤੀਆਂ ਤੇ 3 ਕੰਪਨੀਆਂ ਵਿਰੁੱਧ 5 ਜਨਵਰੀ ਨੂੰ ਇਸਤਗਾਸਾ ਸ਼ਿਕਾਇਤ ਦਾਇਰ ਕੀਤੀ ਸੀ ਮੁਹਾਲੀ ਵਿੱਚ ਮਨੀ ਲਾਂਡਰਿੰਗ ਐਕਟ ਦੀ ਵਿਸ਼ੇਸ਼ ਅਦਾਲਤ ਨੇ ਇਸਤਗਾਸਾ ਪੱਖ ਦੀ ਸ਼ਿਕਾਇਤ ਤੇ 18 ਮਾਰਚ ਨੂੰ ਨੋਟਿਸ ਲਿਆ ਸੀ ਇਸ ਤੋਂ ਬਾਅਦ ਐਡੀ ਨੇ ਜਸਵੰਤ ਸਿੰਘ ਨੂੰ ਪੀਐਮਐਲਏ 2002 ਦੀਆਂ ਧਰਾਵਾਂ ਤਹਿਤ ਪਿਛਲੇ ਸਾਲ 11 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਪੰਜਾਬ ਦੇ ਵਿੱਚ ਮੁਰਤ ਤੋਂ ਜ਼ਹਿਰੀ ਖਾਈ ਦਿੱਤਾ ਹੈ ਸੰਗਰੂਰ ਦੇ ਪਿੰਡ ਗੁਜਰਾں ਦੇ ਵਿੱਚ ਜ਼ਹਿਰੀਲੀ दारू ਪੀਣ ਨਾਲ ਚਾਰ ਜਣਿਆਂ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਹੜਕੰਪ ਮਚ ਗਿਆ ਇਹਨਾਂ ਦੀ ਪਛਾਣ 50 ਸਾਲ ਦਾ ਭੋਲਾ ਸਿੰਘ 45 ਸਾਲ ਦਾ ਨਿਰਮਲ 42 ਸਾਲ ਦਾ ਪ੍ਰਗਟ ਤੇ 42 ਸਾਲ ਦਾ ਹੀ ਜਗਜੀਤ ਸਿੰਘ ਹੈ ਮੁੱਢਲੀ ਜਾਣਕਾਰੀ ਮੁਤਾਬਕ ਚਾਰੇ ਦੋਸਤ ਸਨ ਚਾਰਾਂ ਨੇ ਰਾਤ ਨੂੰ ਇਕੱਠੇ ਬਹਿ ਕੇ दारू ਪੀਤੀ ਰਾਤ ਨੂੰ ਘਰੇ ਜਾ ਕੇ ਸੌਂਗੇ ਪਰ ਤੜਕੇ ਚਾਰੇ ਨਹੀਂ ਉੱਠੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬਿੰਦਰ ਸਿੰਘ ਰੰਧਾਵਾ ਨੇ ਇਸ ਤੇ ਸਰਕਾਰ ਨੂੰ ਘੇਰਿਆ ਹੈ ਰੰਧਾਵਾ ਨੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੇਲੀਅਰ ਵੱਡੇ ਵੱਡੇ ਦਾਅਵੇ ਕਰਨ ਵਾਲੇ ਤੁਹਾਡੇ ਕੋਲੋਂ ਆਪਣੇ ਲੋਕ ਸਭਾ ਹਲਕੇ 'ਚ ਨਕਲੀ ਸ਼ਰਾਬ ਨਿਰੋਕੀ ਜਾ ਰਹੀ ਪੰਜਾਬ ਨੂੰ ਕਿੱਥੋਂ ਸਾਮ ਲਾਉਂਗੇ ਐਨਾ ਬੇਕਸੂਰ ਜਾਨਾਂ ਦੀ ਜ਼ਿੰਮੇਵਾਰ ਕਹਿੰਦੇ ਭਗਵੰਤ ਮਾਨ ਸਰਕਾਰ ਹੈ ਜਿਹੜੀ ਹਰ ਪਾਸਿਆਂ ਤੋਂ ਫੇਲ ਸਾਬਿਤ ਹੋ ਰਹੀ ਹੈ ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਜਦੋਂ ਆਪਣੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਉਦੋਂ ਵੀ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਾਂਡ ਵਾਪਰਿਆ ਸੀ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ ਸਨ ਤੁਹਾਡੇ ਸਭ ਦੇ ਲਈ ਕੁਝ ਖਾਸ ਤੇ ਜ਼ਰੂਰੀ ਖਬਰਾਂ ਦੱਸ ਦਿੰਨੇ ਹਾਂ ਜਿਹੜੀ ਜਿਹੜੀ ਸੰਗਤ ਹਰ ਸਾਲ ਖਾਲਸੇ ਦੇ ਕੌਮੀ ਤਿਹਾੜੀ ਹੋਲਾ ਮਹੱਲਾ ਮਨਾਉਣ ਦੇ ਲਈ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਜਾਂਦੀ ਹੈ ਉਹਨਾਂ ਦੇ ਲਈ ਜਾਣਕਾਰੀ ਹੈ ਕਿ ਅੱਜ ਰਾਤ 12 ਵਜੇ ਤੋਂ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮਾਂ ਦੀ ਸ਼ੁਰੂਆਤ ਹੋ ਜਾਵੇਗੀ 24 25 ਤੇ 26 ਨੂੰ ਤਤਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਮਾਗਮ ਚੱਲੇ ਚੱਲਣਗੇ ਇਸ ਦਰਮਿਆਨ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਜਿਹੜੇ ਹੋਲਾ ਮਹੱਲਾ ਆਉਣ ਵਾਲੇ ਸਿੱਖ ਨੌਜਵਾਨ ਮੋਟਰਸਾਈਕਲਾਂ ਟਰੈਕਟਰਾਂ ਤੇ ਕਾਰਾਂ ਤੇ ਆਉਂਦੇ ਨੇ ਪਰ ਕੁਝ ਸਟੰਟ ਬਾਜ਼ੀ ਕਰਦੇ ਨੇ ਉਹਨਾਂ ਨੂੰ ਸਟੰਟ ਬਾਜ਼ੀ ਤੋਂ ਗੁਰੇਜ਼ ਕਰਨ ਦੇ ਲਈ ਕਿਹਾ ਗਿਆ ਤੇ ਸ਼ਰਧਾ ਭਾਵਨਾ ਦੇ ਨਾਲ ਆਉਣ ਦੀ ਤਾਕੀਦ ਕਰਦੇ ਆਂ ਕਹਿੰਦੇ ਪਿੰਡਾਂ ਨਗਰਾਂ ਦੇ ਗੁਰੂ ਘਰਾਂ ਦੇ ਗ੍ਰੰਥੀ ਸਾਬਹਾਨਾਂ ਦੇ ਵੱਲੋਂ ਅਜਈਆਂ ਅਨਾਉਂਸਮੈਂਟਾਂ ਕਰਨ ਦੇ ਲਈ ਵੀ ਕਿਹਾ ਗਿਆ ਹੈ ਕਿ ਗੁਰੂ ਘਰਾਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸੁਨੇਹਾ ਜਿਹੜਾ ਹੈਗਾ ਉਹ ਲਾਊਡ ਸਪੀਕਰਾਂ ਦੇ ਵਿੱਚ ਸੁਣਾਇਆ ਜਾਵੇ ਤਾਂ ਜੋ ਮਾਪੇ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਲਈ ਭੇਜਣ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਾਰੇ ਮਾਪੇ-ਬਾਪ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਔਰ ਮੇਰੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨਾਂ ਨੂੰ ਵੀ ਅਪੀਲ ਹੈ ਕਿ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਇਹ ਅਨਾਉਂਸਮੈਂਟ ਵੀ ਕੀਤੀ ਜਾਏ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਤੇ ਹੋਲੜਬਾਜੀ ਸਟੰਟ ਬਾਜੀ ਨਾ ਕੀਤੀ ਜਾਏ ਮਾਪੇ-ਬਾਪ ਆਪਣੇ ਬੱਚਿਆਂ ਨੂੰ ਸਮਝਾ ਕੇ ਘਰਾਂ ਤੋਂ ਤੋਰਨ ਕਿ ਬੱਚੇ ਹੋਲੇ ਮਹੱਲੇ ਦੇ ਤਿਉਹਾਰ ਤੇ ਜਾਂਦਿਆਂ ਹੋયા ਕਿਸੇ ਪ੍ਰਕਾਰ ਦੀ ਹੁਲੜਬਾਜੀ ਕੁਇਸਟੰਟ ਬਾਜੀ ਨਾ ਕਰਨ ਤਾਂ ਕਿ ਕਿਸੇ ਦੇ ਵੀ ਬੱਚੀ ਬੱਚੇ ਦਾ ਕੋਈ ਕਿਸੇ ਪ੍ਰਕਾਰ ਨਾਲ ਵੀ ਕੋਈ ਨੁਕਸਾਨ ਨਾ ਹੋਵੇ ਕਈ ਵਾਰ ਕਈਆਂ ਦੇ ਅੰਗ ਮਾਰੇ ਜਾਂਦੇ ਨੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਸੋ ਇੱਕ ਢਰਾਵਾ ਬਿਲਕੁਲ ਵਾਪਰੰਤੋਂ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਸਾਡੀ ਇਸ ਬੇਨਤੀ ਦੇ ਸਹਾਇਕ ਜ਼ਰੂਰ ਬਾੜਨਾ ਪਏਗਾ ਤਾਂ ਕਿ ਇੱਕ ਘਟਨਾ ਘਟਨਾ ਕਿਤੇ ਵੀ ਕੋਈ ਐਸੀ ਘਟਨਾ ਨਾ ਵਾਪਰੇ 17 ਮਾਰਚ ਨੂੰ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਸੁਖਦੀਪ ਸਿੰਘ ਸਿੱਧੂ ਦਾ ਜਨਮ ਹੋਇਆ ਪੂਰੇ ਪੰਜਾਬ ਨੇ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਿੱਧੂ ਦੇ ਚਾਹਣ ਵਾਲਿਆਂ ਨੇ ਜਸ਼ਨ ਮਨਾਇਆ ਤੇ ਲਗਾਤਾਰ ਮਨਾ ਰਹੇ ਨੇ ਪਰ 48 ਘੰਟਿਆਂ ਬਾਅਦ ਹੀ ਬੱਚੇ ਦੇ ਜਨਮ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਆ ਕੇ ਇਲਜ਼ਾਮ ਲਾਇਆ ਕਿ ਬੱਚੇ ਦੇ ਦਸਤਾਵੇਜ਼ਾਂ ਦੇ ਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਤੰਗ ਕਰ ਰਹੇ ਨੇ ਉਹਨਾਂ ਕੋਲ आईवीएफ ਦੇ ਸਾਰੇ ਦਸਤਾਵੇਜ਼ ਨੇ ਪਰ ਪਹਿਲਾਂ ਉਹਨਾਂ ਦੀ ਪਤਨੀ ਨੂੰ ਪੂਰੀ ਤਰ੍ਹਾਂ ਠੀਕ ਤਾਂ ਹੋ ਲੈਂਦੇ ਉਹ ਪਿਤਾ ਬਲਕੌਰ ਸਿੰਘ ਨੇ ਸੀਮਾਨ ਨੂੰ ਸਿੱਧੇ ਚਿਤਾਵਨੀ ਵੀ ਦਿੱਤੀ ਵਿਵਾਦ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਅਸੀਂ ਜਾਣਕਾਰੀ ਨਹੀਂ ਮੰਗੀ ਬਲਕਿ ਇਹ ਜਾਣਕਾਰੀ ਕੇਂਦਰ ਸਰਕਾਰ ਨੇ ਮੰਗੀ ਹੈ ਤੇ ਨਾਲ ਹੀ ਡਾਕਟਰ ਬਲਵੀਰ ਸਿੰਘ ਦੇ ਬਿਆਨ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਲਿਖਤੀ ਤੌਰ ਤੇ ਆਪਣਾ ਬਿਆਨ ਜਾਰੀ ਕੀਤਾ ਕਿ ਲੋਕ افਵਾਹਾਂ ਤੋਂ ਸੁਚੇਤ ਰਹਿਣ ਸਿੱਧੂ ਦੇ ਪਰਿਵਾਰ ਤੋਂ ਜਾਣਕਾਰੀ ਅਸੀਂ ਨਹੀਂ ਮੰਗ ਰਹੇ ਸੈਂਟਰ ਦੀ ਸਰਕਾਰ ਮੰਗ ਰਹੀ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਹਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਨੋ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਤੋਂ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿੰਦਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਇਓ ਕੋਈ ਹਰਸਬੈਂਡ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਦਰਅਸਲ ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਿਕਤਰਾ ਤੇ ਪ੍ਰਸ਼ਾਸਨਿਕ ਸਿਕਤਰ ਨੂੰ ਲਿਖਿਆ ਗਿਆ ਕਿ ਸਾਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਆਈ ਵੀ ਐਫ ਇਲਾਜ ਤਕਨੀਕ ਰਾਹੀਂ ਗਰਭਤੀ ਹੋ ਕੇ 58 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦੇ ਸੈਕਸ਼ਨ 21 ਜੀ ਆਈ ਮੁਤਾਬਿਕ ਆਰਟੀ ਸਰਵਿਸ ਲੈਣ ਦੇ ਲਈ ਉਮਰ ਦੀ ਹੱਦ 21 ਤੋਂ 50 ਸਾਲ ਤੱਕ ਹੈ ਚਿੱਠੀ ਰਾਹੀਂ ਉਹਨਾਂ ਕਿਹਾ ਕਿ ਸਬੰਧਤ ਵਿਭਾਗ ਇਸ ਮਾਮਲੇ ਦੀ ਜਾਂਚ ਕਰਕੇ ਇਹਦੇ ਵਿੱਚ ਐਕਸ਼ਨ ਕੀ ਲਿਆ ਉਹਦੀ ਸਾਰੀ ਰਿਪੋਰਟ ਕੇਂਦਰ ਸਰਕਾਰ ਦੇ ਪਰਿਵਾਰ ਭਲਾਈ ਵਿਭਾਗ ਨੂੰ ਭੇਜਿਆ ਚਿੱਠੀ ਸਾਰੀ ਤੁਸੀਂ ਦੇਖ ਸਕਦੇ ਹੋ ਇਹ ਨੋਮੈਨੇ ਦੇ ਵਿੱਚ ਹੀ ਕੁਝ ਲਿਖਿਆ ਦਰਅਸਲ ਇਸ ਕਾਨੂੰਨ ਦੇ ਮੁਤਾਬਿਕ ਭਾਰਤ ਵਿੱਚ 21 ਤੋਂ ਲੈ ਕੇ 50 ਸਾਲ ਤੱਕ ਉਮਰ ਦੀਆਂ ਔਰਤਾਂ ਨੇ ਜਿਹੜੀਆਂ ਉਹ ਆਈਵੀਐਫ ਰਾਹੀਂ ਬੱਚਾ ਪੈਦਾ ਕਰ ਸਕਦੀਆਂ ਨੇ ਪੁਰਸ਼ਾਂ ਦੇ ਲਈ ਇਸ ਦੀ ਉਮਰ ਸੀਮਾ 21 ਤੋਂ 55 ਸਾਲ ਹੈ ਇਸ ਉਮਰ ਤੋਂ ਵੱਧ ਲੋਕਾਂ ਦੇ ਲਈ ਇਹ ਕਾਨੂੰਨੀ ਜੁਰਮ ਹੈ 2022 ਦੇ ਵਿੱਚ ਪਾਸ ਹੋਏ ਕਾਨੂੰਨ ਦੇ ਤਹਿਤ ਅਤੇ ਤਹਿਤ ਸਖਤ ਸਜ਼ਾ ਹੋ ਸਕਦੀ ਹੈ ਪਰ ਜੇ ਕੋਈ ਔਰਤ ਵਿਦੇਸ਼ ਦੇ ਵਿੱਚ ਗਰਭਪਤੀ ਹੋਈ ਹੋਵੇ ਤਾਂ ਉਸ ਦਾ ਜਨੇਪਾ ਦੇਸ਼ ਵਿੱਚ ਹੋ ਸਕਦਾ ਹੈ ਔਸਤੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਨੇ ਵੀ ਆਈਵੀਐਫ ਵਿਦੇਸ਼ ਵਿੱਚ ਕਰਵਾਇਆ ਸੀ ਜ ਜਿਹੇ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਪਰੇਸ਼ਾਨੀ ਨਹੀਂ ਆਵੇਗੀ ਹਾਲਾਂਕਿ ਪਰਿਵਾਰ ਨੇ ਹਾਲੇ ਕੋਈ ਸਪਸ਼ਟਿਕਰਣ ਨਹੀਂ ਦਿੱਤਾ ਭਾਰਤ ਵਿੱਚ ਜੇ 50 ਸਾਲ ਤੋਂ ਵੱਧ ਉਮਰ ਦੀ ਕੋਈ ਔਰਤ ਇਸ ਵਿਧੀ ਰਾਹੀਂ ਬੱਚਾ ਪੈਦਾ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਹਾਈ ਕੋਰਟ ਤੱਕ ਪਹੁੰਚ ਕਰਨੀ ਪਊਗੀ ਨਹੀਂ ਤਾਂ 5 ਤੋਂ 20 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇ ਦੂਸਰੀ ਵਾਰੀ ਆਈਵੀਐਫ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ 10 ਤੋਂ 20 ਲੱਖ ਦਾ ਜੁਰਮਾਨਾ ਤੇ ਨਾਲ 8 ਸਾਲ ਦੀ ਜੇਲ੍ਹ ਹੋ ਸਕਦੀ ਹੈ IVF ਯਾਨੀ ਕਿ ਇਨ ਵਿਟ੍ਰੋ ਫਰਟੀਲਾਈਜੇਸ਼ਨ ਤਕਨੀਕ ਹੈ ਇਹ ਉਹਨਾਂ ਲੋਕਾਂ ਦੇ ਲਈ ਵਰਦਾਨ ਹੈ ਜਿਹੜਾ ਜਿਹੜੇ ਬੱਚਾ ਪੈਦਾ ਕਰਨਾ ਚਾਹੁੰਦੇ ਨੇ ਪਰ ਕੁਦਰਤੀ ਤੌਰ ਤੇ ਗਰਭ ਧਾਰਨ ਕਰਨ ਵਿੱਚ ਕਰਨ ਵਿੱਚ ਅਸਮਰੱਥ ਨੇ ਜਿਨ੍ਹਾਂ ਆਪਣੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਨੇ ਉਹਨਾਂ ਦੇ ਲਈ ਇਹ ਵਿਧੀ ਵਰਦਾਨ ਹੈ